ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਮੇਰੀਆਂ ਸਾਰੀਆਂ ਭੈਣਾਂ ਦਾ ਇੱਕ ਨਵੇਂ ਬਲੌਗ ਦੇ ਵਿੱਚ। ਅਤੇ ਅੱਜ ਸਾਡੀ ਫੋਟੋ ਉਰਫ ਖੁਸ਼ਵਿੰਦਰ ਕੌਰ ਹੈ ਨਾ UK ਜਾ ਰਹੀ ਹੈ, ਅਤੇ ਮੇਰੇ ਚਾਚਾ ਜੀ ਦੀ ਬੇਟੀ ਹੈਗੀ, ਅਤੇ ਇਹਨੇ ਸਪੈਸ਼ਲ ਹੈ ਨਾ ਮੈਨੂੰ ਫੋਨ ਕੀਤਾ, ਕਹਿੰਦੇ ਵੀ ਭੈਣੇ ਤੁਸੀਂ ਜ਼ਰੂਰ ਆਇਓ, ਤੁਸੀਂ ਦੇ ਗੁਰਸਿੱਖ ਆ, ਅਤੇ ਖਾਸ ਕਰਕੇ ਕਹਿੰਦੀ ਮੇਰੀ ਵੀਡੀਓ ਜ਼ਰੂਰ ਬਣਾ ਲਿਓ ਹੈ ਨਾ। ਤਾਂ ਵਧੀਆ ਲੱਗਦਾ ਜਦੋਂ ਆਪਦੇ ਪੇਕੇ ਪਿੰਡ ਦੀਆਂ ਭੈਣਾਂ ਹੈ ਨਾ ਆਪਾਂ ਨੂੰ ਇਸ ਦੇ ਮੌਕੇ 'ਤੇ ਯਾਦ ਕਰਦੀਆਂ ਨੇ, ਖੁਸ਼ੀ ਹੁੰਦੀ ਹੈ ਜੀ। ਅਤੇ ਕਿਉਂਕਿ ਹੁਣ ਦੇਖੋ ਪਿੰਡ 'ਚ ਤਾਂ ਹੋਰ ਵੀ ਬਹੁਤ ਸਾਰੀਆਂ ਕੁੜੀਆਂ ਸੀਗੀਆਂ, ਹੋ ਸਕਦਾ ਜਿਹੜੀਆਂ ਘੋਟੇ ਦੇ ਨਾਲ ਪੜ੍ਹੀਆਂ ਹੋਣ ਹੈ ਨਾ, ਪਰ ਮੈਨੂੰ ਫੋਨ ਕੀਤਾ ਵਧੀਆ ਲੱਗਿਆ। ਅਤੇ ਘਰ ਛੱਡਣੇ ਸੌਖੇ ਨਹੀਂ ਹੁੰਦੇ ਹੈ ਨਾ, ਇੱਕ ਤਾਂ ਕੁੜੀਆਂ ਉਦੋਂ ਘਰ ਛੱਡਦੀਆਂ ਹੈ ਨਾ ਜਦੋਂ ਸਹੁਰੇ ਜਾਂਦੀਆਂ ਨੇ, ਸਹੁਰੇ ਜਾ ਕੇ ਵੀ ਇੰਨੀ ਜਿਹਾ ਉਮੀਦ ਤਾਂ ਹੁੰਦੀ ਹੈ ਨਾ ਵੀ 3-4 ਦਿਨਾਂ ਬਾਅਦ ਪਹਿਲੀ ਮਿਲਣੀ, ਦੂਜੀ ਮਿਲਣੀ, ਫਿਰ 4 ਦਿਨਾਂ ਬਾਅਦ ਆ ਜੂ, ਮਹੀਨੇ ਬਾਅਦ ਆ ਜੂ। ਪਰ ਜਿਹੜੇ ਪਰਦੇਸਾਂ ਦੇ ਵਕਤ ਜਾਣਾ ਹੈ ਨਾ, ਪਰਦੇਸੀ ਕਿਸੇ ਦਾ ਜਾਣ ਨੂੰ ਜੀ ਨਹੀਂ ਕਰਦਾ ਹੁੰਦਾ, ਕਿਹਦਾ ਜੀ ਕਰਦਾ ਹੁੰਦਾ ਵੀ ਘਰ ਛੱਡੀਏ ਹੈ ਨਾ। ਅਤੇ ਇੱਧਰ ਮਾਸੀ ਦੇ ਜਿਹੜੇ ਸ਼ਗਨ ਹੁੰਦੇ ਆ ਉਹ ਕਰਦੀ ਸੀ ਹੈ ਨਾ, ਮੂੰਹ ਮਿੱਠਾ ਕਰਾਤਾ ਭਈ ਆਪਦੀ ਧੀ ਦਾ ਹੈ ਨਾ, ਹਰੇਕ ਨੂੰ ਇਹ ਹੁੰਦਾ ਗਾ ਵੀ ਵਾਹਿਗੁਰੂ ਆਉਣ ਵਾਲੀ ਜ਼ਿੰਦਗੀ ਵਿੱਚ ਸੁੱਖ ਦੇਵੇ ਹੈ ਨਾ। ਅਤੇ ਖੰਮਣੀ ਬੰਨਤੀ ਹਰ ਮਾਂ ਹੈ ਨਾ ਦੇਖ ਲਓ ਕਿੰਨੇ ਸ਼ੌਂਕ ਲਾਡ ਪੂਰੇ ਕਰਦੇ ਆਪਣੇ ਬੱਚਿਆਂ ਦੇ, ਅਤੇ ਇਹ ਹੁੰਦਾ ਗਾ ਵੀ ਸਾਡੇ ਇਹੋ ਜਿਹੇ ਮੌਕਿਆਂ ਦੇ ਹੈ ਨਾ ਹਰੇਕ ਭੈਣ ਨੂੰ ਆਉਂਦਾ ਵੀ ਮੇਰਾ ਭਰਾ ਹੋਵੇ। ਅਤੇ ਕੁਲਵਿੰਦਰ ਇੱਥੇ ਹੈ ਨਹੀਂ ਗਿਆ ਹੋਇਆ ਗਾ, ਪਰ ਵਧੀਆ ਜੀ ਸਾਡੇ ਪਿੰਡ ਦੇ ਵਿੱਚ ਨਾ ਆਪਸ 'ਚ ਬਹੁਤ ਜ਼ਿਆਦਾ ਪਿਆਰ ਹੈ ਐਵੇਂ ਮੈਂ ਕਹਾਂ ਹੈ ਨਾ। ਅਤੇ ਸਾਰੇ ਜਿਹੜੀਆਂ ਮੇਰੀਆਂ ਹੈ ਨਾ ਸੌਕਿਆਂ ਨੇ, ਈਵਨ ਕਿ ਜਿਹੜੇ ਪਿੰਡ 'ਚੋਂ ਵੀ ਚਾਚੇ ਤਾਏ ਨੇ ਆਪਣਾ ਹੈ ਨਾ, ਕਦੇ ਹੋ ਸਕਦਾ ਵੀ ਸਾਕੇ ਤਾਂ ਕਈ ਵਾਰੀ ਆਪਾਂ ਨੂੰ ਇਗਨੋਰ ਕਰ ਦੇਣ ਕਿਸੇ ਫੰਕਸ਼ਨ 'ਤੇ ਹੈ ਨਾ, ਪਰ ਮੈਨੂੰ ਸਾਰੇ ਜਾਣੇ ਬਹੁਤ ਜ਼ਿਆਦਾ ਸਤਿਕਾਰ ਕਰਦੇ ਨੇ ਪਹਿਲਾਂ ਤੋਂ ਹੀ ਜਦੋਂ ਮੈਂ ਛੋਟੀ ਹੁੰਦੀ ਸੀ। ਇਹ ਨਾ ਮਾਸੀ ਜੀ ਦਾ ਘਰ ਹੈਗਾ ਜਿਹੜੇ ਮੇਰੇ ਮਤਲਬ ਮੰਮੀ ਦੀ ਭੈਣ ਹੈਗੀ, ਇਸੇ ਪਿੰਡ ਹੀ ਹੈਗੀ ਮੇਰੇ ਮਾਸੀ ਜੀ, ਉਹਨਾਂ ਦੇ ਘਰ ਕੋਲ ਘਰ ਆ, ਘਰ ਸਾਡੇ ਤਾਂ ਦੂਰ ਨਹੀਂ ਬਟ ਦਿਲ ਦੇ ਬਹੁਤ ਕਰੀਬ ਨੇ। ਕੁਛ ਕੁ ਗੱਲਾਂ ਹੁੰਦੀਆਂ ਵੀ ਆਪਾਂ ਆਪਣੀਆਂ ਭੈਣਾਂ ਦੇ ਨਾਲ ਹੀ ਸਾਂਝੀਆਂ ਕਰ ਸਕਦੇ ਹੁੰਦੇ ਹਾਂ ਹੈ ਨਾ, ਲਾਈਕ ਆ ਸੀਕਰੇਟਸ। ਉਹ ਖੁਸ਼ਵਿੰਦਰ ਹੈ ਨਾ ਮੇਰੇ ਨਾਲ ਕਾਫੀ ਕਰਦੀ ਰਹਿੰਦੀ ਆ। ਅਤੇ ਜਦੋਂ ਅਸੀਂ ਛੋਟੇ ਹੁੰਦੇ ਸੀ ਨਾ ਉਹ ਟਾਈਮ ਬਹੁਤ ਇੰਜੋਏਬਲ ਸੀਗਾ, ਕਿੰਨਾ ਕੁਛ ਅਸੀਂ, ਮੈਨੂੰ ਲੱਗਦਾ ਇਹਨਾਂ ਦੇ ਨਾ ਦਰਖਤ ਕੋਈ ਛੱਡਿਆ ਨਹੀਂ ਹੋਣਾ ਜਿਹੜੇ ਦਰਖਤ 'ਤੇ ਅਸੀਂ ਨਾ ਚੜੀਆਂ ਹੋਈਏ। ਅਤੇ ਉਹ ਟਾਈਮ ਯਾਦ ਕਰਕੇ ਵੀ ਅਸੀਂ ਹੱਸ ਰਹੇ ਸੀ ਹੈ ਨਾ। ਅਤੇ ਦੇਖੋ ਜੀ ਨਾਲ ਦੇ ਨਾਲ ਰਿਸ਼ਤੇਦਾਰਾਂ ਨੂੰ ਵੀ ਹੈ ਨਾ ਬੁਲਾ ਲੈਂਦੇ ਹਾਂ, ਆਪਾਂ ਨਾਨੀ ਹੈ ਜੀ ਖੁਸ਼ਵਿੰਦਰ ਦੀ, ਅਤੇ ਗੁਰਸਿੱਖ ਦੇਖੋ ਆਪਦੀ ਮਾਸੀ ਦੀ ਗੋਦੀ ਚੜ੍ਹੀ ਫਿਰਦੀ ਹੈ ਜੀ। ਅਤੇ ਇੱਧਰ ਕੁਛ ਰਿਸ਼ਤੇਦਾਰ ਹੈ ਨਾ ਜਿਨ੍ਹਾਂ ਨੂੰ ਮੈਂ ਨਹੀਂ ਜਾਣਦੀ ਹੈਗੀ, ਜਿਹੜੇ ਇਹਨਾਂ ਦੇ ਆਏ ਵੇ ਨੇ, ਹੋ ਸਕਦਾ ਖੁਸ਼ਵਿੰਦਰ ਦੇ ਨਾਨਕ ਵਾਲੇ ਪੱਖ ਤੋਂ ਹੋਣ ਹੈ ਨਾ। ਅਤੇ ਇਹਦੇ ਨਾਨੀ ਜੀ ਬਹੁਤ ਸੋਹਣਾ, ਇਹਦੇ ਲਈ ਚਾਂਦੀ ਦਾ ਕੜਾ ਲੈ ਕੇ ਆਏ, ਬਹੁਤ ਸੋਹਣਾ ਲੱਗਿਆ ਮੈਨੂੰ ਵੀ ਹੈ ਨਾ। ਅਤੇ ਜੁਗ ਜੁਗ ਜਿਹਾ ਨਾਨੀਆਂ, ਅਤੇ ਜਿਹਦੀਆਂ ਨਾਨੀਆਂ ਹੋਣਗੀਆਂ ਹੈ ਨਾ ਉਹੀ ਆਉਂਦੀਆਂ ਨੇ ਜੀ। ਅਤੇ ਨਾਨੀ ਆਪਣੀ ਧੀ ਨੂੰ ਆਪਣੀ ਦੋਹਤੀ ਦੇ ਵਿੱਚੋਂ ਦੇਖਦੀਆਂ ਹੁੰਦੀਆਂ ਨੇ, ਕਿਉਂਕਿ ਜਦੋਂ ਧੀਆਂ ਦੀ ਏਜ ਹੋਣ ਲੱਗ ਜਾਂ, ਕਹਿੰਦੇ ਮਾਵਾਂ ਕਦੇ ਬੁੱਢੀਆਂ ਨਹੀਂ ਹੁੰਦੀਆਂ ਹੁੰਦੀਆਂ, ਸਗੋਂ ਉਹਨਾਂ ਦਾ ਰੂਪ ਤਾਂ ਜਿਹੜਾ ਉਹਨਾਂ ਦੀਆਂ ਧੀਆਂ ਦੇ ਵਿੱਚ ਸਮਾ ਜਾਂਦਾ। ਇਸੇ ਕਰਕੇ ਹਰ ਮਾਂ ਨੂੰ ਆਪਣੀ ਧੀ ਜਿਹੜੀ ਸਭ ਤੋਂ ਜ਼ਿਆਦਾ ਸੋਹਣੀ ਲੱਗਦੀ ਹੁੰਦੀ ਆ। ਅਤੇ ਜੋਤੀ ਦੇ ਮੰਮੀ ਨੇ ਵੀ ਸਾਡੇ ਪਿੰਡੋਂ ਹੀ ਕੁੜੀ ਹਾਈ ਹੋਪ ਕੇ ਆਉਣ ਵਾਲੇ ਟਾਈਮ ਪੁਲਿਸ ਦੇ ਵਿੱਚ ਹੈ ਨਾ ਕੌਂਸਟੇਬਲ ਜੁਆਇਨ ਕਰ ਹੀ ਲਵੇ, ਉਹ ਵਧੀਆ ਨੰਬਰ ਲਏ ਆ ਹੈ ਨਾ ਜੋਤੀ ਨੇ, ਅਤੇ ਅੱਛੇ ਬੈਸਟ ਵਿਸ਼ਸ ਨੇ ਜੋਤੀ ਦੇ ਲਈ। ਅਤੇ ਇਹ ਜੀ ਘੋਟੇ ਦੇ ਪਾਪਾ ਦੀ ਭੂਆ ਨੇ ਹੈ ਨਾ, ਚਾਚਾ ਜੀ ਦੀਆਂ ਭੂਆ ਨੇਗੀਆਂ। ਅਤੇ ਮੈਨੂੰ ਇੱਕ ਬੜੀ ਖਾਸ ਗੱਲ ਲੱਗੀ ਨਾ, ਚਾਰ ਭੂਆ ਜੀ ਨੇਗੀਆਂ ਅਤੇ ਮੈਨੂੰ ਸਾਰੀਆਂ ਇੱਕੋ ਜਿੱਕੀਆਂ ਜਿਹੀਆਂ ਲੱਗੀਆਂ। ਇੱਕ ਤਾਂ ਇਹ ਗੱਲ ਸੀ ਵੀ ਸਾਰਿਆਂ ਦਾ ਦੇਖੋ ਵਧੀਆ ਗੱਲ ਆ ਹੈ ਨਾ ਜੀ, ਅੰਮ੍ਰਿਤ ਛੱਕਿਆ ਹੋਇਆ ਸੀ। ਦੂਜਾ ਵੀ ਇੱਕੋ ਮਾਂ ਦੀ ਕੁੱਖੋਂ ਜੰਮੀਆਂ ਭੈਣਾਂ ਇੱਕੋ ਜਿੱਕੀਆਂ ਤਾਂ ਹੁੰਦੀਆਂ ਹੀ ਨਹੀਂ ਹੈ ਨਾ। ਅਤੇ ਫਿਰ ਮੈਂ ਘੋਟੇ ਨੂੰ ਦੇਖ ਕੇ ਸ਼ਗਨ, ਮੈਂ ਕਿਹਾ ਵੀ ਵੀਡੀਓ ਬਣਾ ਦੀ ਕੁੜੀ ਨੂੰ ਕਿਹਾ, ਪਰ ਉਹਨੇ ਇੰਨਾ ਥੋੜ੍ਹੀ ਜਿਹੀ ਬਣਾਈ। ਕਦੇ ਕਦੇ ਐਵੇਂ ਹੁੰਦਾ ਹੈਗਾ ਵੀ ਆਪਾਂ ਦੂਜਿਆਂ ਨੇ ਵੀਡੀਓ ਬਹੁਤ ਸੋਹਣੀਆਂ ਬਣਾ ਦਿੰਦੇ ਹੈਗੇ ਹੈ ਨਾ, ਅਤੇ ਬਟ ਅਗਲਾ ਆਪਣੀ ਵੀਡੀਓ ਵੇਲੇ ਬਈ ਵਿਕਾਰ ਕੰਮ ਕਰ ਦਿੰਦਾ ਹੈਗਾ ਹੈ ਨਾ। ਅਤੇ ਇਹ ਕੁੜੀ ਸਾਡੇ ਪਿੰਡੋਂ ਹੀ ਹੈਗੀ, ਇਹ ਵੀ
ਘੋਟੇ ਦੇ ਨਾਲ ਖੜ੍ਹੀ ਹੋਣੀ ਹੈ ਨਾ, ਅਤੇ ਇਹ ਵੀ ਆਈ ਸੀਗੀ ਬਾਈ। ਜਿੱਥੇ ਚਾਰ ਬੁੜੀਆਂ ਇਕੱਠੀਆਂ ਹੋ ਜਾਣ ਗੱਲਾਂ ਨਾ ਹੋਣ, ਇਹ ਤਾਂ ਹੋ ਹੀ ਨਹੀਂ ਸਕਦਾ। ਇੱਕ ਇਹੀ ਤਾਂ ਪਲੇਟਫਾਰਮ ਹੁੰਦਾ ਹੈ ਨਾ ਜਦੋਂ ਢਿੱਡ ਹੌਲਾ ਕਰ ਸਕਦੇ ਹਾਂ ਲੇਡੀਜ਼ ਇੱਕ ਦੂਜੇ ਦੇ ਨਾਲ। ਅਤੇ ਅੱਛਾ ਗਾ ਜੀ, ਕਹਿੰਦੇ ਹੁੰਦੇ ਆ ਦਿਲ ਨੂੰ ਖੋਲ੍ਹਦੇ ਰਹਿਣਾ ਚਾਹੀਦਾ, ਜੇ ਆਪਾਂ ਆਪਦਾ ਦਿਲ ਕਿਸੇ ਹੋਰ ਨਾਲ ਨਹੀਂ ਖੋਲ੍ਹਾਂਗੇ ਹੈ ਨਾ, ਤਾਂ ਡਾਕਟਰ ਆਖਿਰਕਾਰ ਸਾਡੇ ਦਿਲ ਦਾ ਆਪਰੇਸ਼ਨ ਕਰਕੇ ਉਹਨੂੰ ਖੋਲ੍ਹਣਗੇ। ਇੱਦਾਂ ਹੀ ਹੁੰਦਾ ਨਾ, ਇਹੀ ਲਾਈਫ ਹੈਗੀ। ਅਤੇ ਘੋਟੇ ਦੇ ਮਾਮਾ ਜੀ ਦੀ ਬੇਟੀ ਨਾ ਫੋਰਨ ਗਈ ਹੋਈ, ਉਹਨੇ ਕੁਛ ਕੁ ਗਿਫਟ ਇਹਦੇ ਬਾਰੇ ਉੱਤੇ ਭੇਜਦੇ ਸੀਗੇ ਹੈ ਨਾ, ਉਹ ਗਿਫਟ ਇਹਨਾਂ ਦੇ ਮਾਮੇ ਜੀ ਨੇ ਇਹਨਾਂ ਨੂੰ ਕਿਹਾ ਕਿ ਓਪਨ ਕਰ ਲਓ, ਕੁਛ ਅੱਛੀਆਂ ਚੀਜ਼ਾਂ ਹੁੰਦੀਆਂ ਨੇ। ਅਤੇ ਮੈਂ ਨਾ ਇਹਨੂੰ ਇਹ ਗੱਲ ਕਹਿ ਰਹੀ ਸੀ ਵੀ ਜਾਣ ਤੋਂ ਪਹਿਲਾਂ ਇੱਕ ਵਾਰੀ ਆਪਣਾ ਸਮਾਨ ਚੈੱਕ ਕਰ ਲਓ, ਅਤੇ ਇਹ ਨਾ ਹੋਵੇ ਵੀ ਕਿਤੋਂ ਕੋਈ ਸਮਾਨ ਜ਼ਿਆਦਾ ਲੈਣ, ਉੱਥੇ ਏਅਰਪੋਰਟ 'ਤੇ ਤੇਰੇ ਬੈਗ 'ਚ ਸਮਾਨ ਕਢਾ ਦੇਣ ਹੈ ਨਾ। ਅਤੇ ਉਹ ਕਹਿੰਦੀ ਨਹੀਂ ਨਹੀਂ ਦੀਦੀ, ਮੈਂ ਤਾਂ ਵੀ 2 ਕਿਲੋ ਘੱਟ ਹੀ ਲਿਆ ਗਾ। ਅਤੇ ਇੱਕ ਨਾ ਨਵਾਂ ਜਿਹਾ ਟਰੈਂਡ ਚੱਲਿਆ ਹੋਇਆ ਕੁੜੀਆਂ ਦਾ, ਜਿਹੜੀਆਂ ਪੀ ਟੀ ਵਾਲੀਆਂ ਨੇ, ਆਈਲੈਟਸ ਵਾਲੀਆਂ ਨੇ, ਜਦੋਂ ਉਹਨਾਂ ਦੀਆਂ ਸਹੇਲੀਆਂ ਬਾਹਰ ਜਾ ਕੇ ਇੱਧਰਲੇ ਸਟੇਟਸ ਪਾਉਂਦੀਆਂ, ਇਹ ਤਾਂ ਇੱਧਰ ਬੈਠੀ ਵੀ ਉੱਧਰ ਦੇ ਸੁਪਨੇ ਹੀ ਦੇਖਦੀਆਂ ਨੇ ਹੈ ਨਾ। ਅਤੇ ਕੇਕ ਲਿਆਂਦਾ ਸੀ ਜੀ, ਅਤੇ ਕੇਕ ਨਾ ਘੋਟੇ ਨੇ ਪਹਿਲੇ ਖੁਸ਼ੀ 'ਚ ਕੱਢ ਲਿਆ ਬਾਹਰ, ਅਤੇ ਬੈਠੀ ਕਰੀ ਜਾਵੇ ਹਾਏ ਮੇਰਾ ਜਹਾਜ਼ ਛੇਤੀ ਛੇਤੀ ਮੈਨੂੰ ਹੈ ਨਾ ਲੰਡਨ ਦੀ ਧਰਤੀ 'ਤੇ ਲੈਂਡ ਕਰਾ ਦੇ। ਦੇਖੋ ਜੀ, ਜਦੋਂ ਆਪਾਂ ਨਾ ਇੱਕ ਪ੍ਰੋਸੈਸ ਦੇ ਥਰੂ ਲੰਘਦੇ ਬੰਦਾ ਕਿੰਨੀ ਸੁੱਖਾਂ ਸੁੱਖਦਾ। ਮੈਂ ਵੀ ਹੈ ਨਾ ਘੋਟੇ ਨਾਲ ਗੱਲਾਂ ਕਰਦੀ ਸੀ ਵੀ ਓਵਰਆਲ ਨਾ ਜਿਹੋ ਜਿਹਾ ਅੱਜ ਸਾਰਾ ਕੁਛ ਹੈ ਨਾ, ਸਾਰੇ ਰਿਸ਼ਤੇਦਾਰ ਇਕੱਠੇ ਹੋਏ ਸੀਗੇ, ਸਾਰੇ ਸਰੀਕੇ ਕਬੀਲੇ ਵਾਲੇ। ਮੈਂ ਘੋਟੇ ਨੂੰ ਕਿਹਾ ਵੀ ਇੱਕ ਵਸ ਤੇਰਾ ਘਰ ਵਾਲਾ ਲੱਭਣ ਵਾਲਾ ਹੀ ਹੈਗਾ, ਬਾਕੀ ਤੇਰਾ ਵਿਆਹ ਦਾ ਸਾਰਾ ਪ੍ਰੋਗਰਾਮ ਹੋ ਚੁੱਕਿਆ ਹੈ ਨਾ, ਇੱਦਾਂ ਹੀ ਫੀਲਿੰਗ ਆਉਂਦੀ ਹੈ। ਅਤੇ ਉਸ ਤੋਂ ਬਾਅਦ ਘੋਟੇ ਦੇ ਪਾਪਾ ਦੀਆਂ ਜਿਹੜੀਆਂ ਭੂਆ ਜੀ ਸੀ ਹੈ ਨਾ, ਅਤੇ ਇਹਦੇ ਦਾਦਾ ਜੀ,
ਸਾਰਿਆਂ ਨੂੰ ਕਿਹਾ ਕਿ ਚਲੋ ਵੀ ਫੋਟੋ ਸ਼ੂਟ ਕਰਵਾ ਲਓ ਹੈ ਨਾ, ਸਾਰੇ ਜਿਹੜੇ ਫੋਟੋਗ੍ਰਾਫਰ ਨੇ ਨਾ ਜਿਹੜੇ ਉਹ ਫੋਟੋਗ੍ਰਾਫਰ ਨੇ ਜਿਨ੍ਹਾਂ ਨੇ ਸਾਡੇ ਪਿੰਡ ਦੀਆਂ 3 ਪੀੜ੍ਹੀਆਂ ਦੀਆਂ ਫੋਟੋਗ੍ਰਾਫੀਆਂ ਕੀਤੀਆਂ ਨੇ। ਮੈਨੂੰ ਲੱਗਦਾ ਵੀ ਪਾਪਾ ਦੇ ਵਿਆਹ ਦੀਆਂ ਵੀ ਹੈ ਨਾ, ਗਾਂ ਉਹਨਾਂ ਦੇ ਬੱਚਿਆਂ ਦੀਆਂ ਵੀ, ਅਤੇ ਨੈਕਸਟ ਉਹਨਾਂ ਦੇ ਜਿਹੜੇ ਬੱਚਿਆਂ ਦੇ ਪੋਤਿਆਂ ਦੇ ਜਿਹੜੇ ਬਰਥਡੇ ਪਾਰਟੀਜ਼ ਨੇ ਜਾਂ ਜਿਨ੍ਹਾਂ ਨੇ ਬਾਹਰ ਜਾਣਾ ਉਹਨਾਂ ਨੇ, ਅਤੇ ਟ੍ਰੈਡੀਸ਼ਨਲੀ ਹੈ ਨਾ ਇਹ ਕੰਮ ਨੂੰ ਆਪਦੇ ਨੂੰ ਲਗਾਤਾਰ ਕਰ ਰਹੇ ਨੇ। ਕੁਛ ਕੁ ਹਾਸੇ ਵਾਲੀਆਂ ਚੀਜ਼ਾਂ ਵੀ ਹੁੰਦੀਆਂ ਵੀ ਜਦੋਂ ਹੈ ਨਾ ਕੋਈ ਕਿਸੇ ਬੀਬੀ ਦੀ ਚੁੰਨੀ ਟੇਢੀ ਮਿੰਗੀ ਹੋ ਜਾਂਦੀ ਹੈ, ਇਹ ਆਪ ਹੀ ਸਹੀ ਕਰ ਦਿੰਦੇ ਨੇ, ਫਿਰ ਕਹਿੰਦੇ ਜਦੋਂ ਭਾਈ ਸਮਝਦੀ ਨਹੀਂ ਐਡੀਆਂ ਲੰਮੀਆਂ ਲੈਂਦੀਆਂ ਗਿਆ ਉਹ। ਅਤੇ ਫੋਟੋਗ੍ਰਾਫੀ ਅੱਛੀ ਕਰਦੇ ਨੇਗੇ, ਫਿਰ ਹੀ ਦੇਖ ਲਓ ਜੀ ਜੇ ਤਜਰਬਾ ਹੈ ਨਾ ਇੰਨੇ ਟਾਈਮ ਦੇ ਲਗਾਤਾਰ ਕਰ ਰਹੇ ਨੇਗੇ। ਸੋ ਇਹ ਸੀ ਸਾਡਾ ਨਿੱਕਾ ਜਿਹਾ ਵਲੋਗ। ਵਾਹਿਗੁਰੂ ਖੁਸ਼ਵਿੰਦਰ ਦੀ ਆਉਣ ਵਾਲੀ ਲਾਈਫ ਵਧੀਆ ਕਰੇ। ਵਲੋਗ ਕਿਹੋ ਜਿਹਾ ਲੱਗੇ ਤੁਸੀਂ ਕਮੈਂਟ ਸੈਕਸ਼ਨ 'ਚ ਜ਼ਰੂਰ ਦੱਸਣਾ ਗਾ, ਅਤੇ ਆਉਣ ਵਾਲੇ ਵਲੋਗਸ ਦੇ ਲਈ ਸਾਡੇ ਚੈਨਲ ਦੇ ਨਾਲ ਜੁੜੇ ਰਹੋ, ਸਬਸਕ੍ਰਾਈਬ ਜ਼ਰੂਰ ਕਰ ਦਿਓ, ਸ਼ੇਅਰ